ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਐਕਸਰਸਾਈਜ਼ ਸਿਖਾਵਾਂਗੇ ਜਿਸ ਦੇ ਨਾਲ ਤੁਹਾਡਾ ਮਨ ਅਤੇ ਸਰੀਰ ਦੋਨਾਂ ਦਾ ਟੈਨਸ਼ਨ ਜਾਂ ਤਣਾਅ ਘੱਟ ਹੋ ਸਕਦਾ ਹੈ। ਇਸ ਐਕਸਰਸਾਈਜ਼ ਨੂੰ ਰਿਲੈਕਸੇਸ਼ਨ ਐਕਸਰਸਾਈਜ਼ ਵੀ ਕਹਿੰਦੇ ਹਾਂ। ਇਹ ਇੱਕ ਮਾਨਸਿਕ ਐਕਸਰਸਾਈਜ਼ ਹੈ, ਨਾ ਕਿ ਸਰੀਰਕ। ਯੋਗਾ ਤੇ ਮੈਡੀਟੇਸ਼ਨ ਦੀ ਤਰ੍ਹਾਂ ਹੀ ਇਸ ਐਕਸਰਸਾਈਜ਼ ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਤੁਹਾਨੂੰ ਮਨ ਅਤੇ ਸਰੀਰ ਉੱਪਰ ਕੰਟਰੋਲ ਕਰਨਾ ਸਿਖਾਉਂਦਾ ਹੈ। ਇਸ ਐਕਸਰਸਾਈਜ਼ ਨਾਲ ਤੁਹਾਡਾ ਮਨ ਸ਼ਾਂਤ ਰਹਿੰਦਾ ਹੈ ਤੇ ਇਸ ਨਾਲ ਤੁਹਾਡੇ ਸਰੀਰ ਉੱਪਰ ਵੀ ਬਹੁਤ ਵਧੀਆ ਅਸਰ ਪੈਂਦਾ ਹੈ, ਕਿਉਂਕਿ ਮਨ ਤੇ ਸਰੀਰ ਆਪਸ ਵਿੱਚ ਜੁੜੇ ਹੁੰਦੇ ਹਨ ਤੇ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਨ। ਅਗਰ ਤੁਹਾਡਾ ਮਨ ਵੀ ਕਿਸੇ ਕਿਸਮ ਦੀ ਟੈਨਸ਼ਨ ਜਾਂ ਤਣਾਅ ਨਾਲ ਜੂਝ ਰਿਹਾ ਹੈ ਤਾਂ ਤੁਹਾਡਾ ਸਰੀਰ ਵੀ ਚਿੰਤਾ ਮਹਿਸੂਸ ਕਰੇਗਾ, ਅਕੜਾਵ ਮਹਿਸੂਸ ਕਰੇਗਾ, ਤੁਹਾਨੂੰ ਘੁੱਟਣ ਮਹਿਸੂਸ ਹੋਵੇਗੀ। ਤਾਂ ਸਰੀਰ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਮਨ ਦਾ ਸ਼ਾਂਤ ਹੋਣਾ ਬਹੁਤ ਜ਼ਰੂਰੀ ਹੈ। ਇਸ ਸੈਸ਼ਨ ਵਿੱਚ ਮੈਂ ਤੁਹਾਨੂੰ ਇਹ ਐਕਸਰਸਾਈਜ਼ ਸਿਖਾਉਂਗੀ, ਜਿਸ ਦੇ ਬਾਅਦ ਤੁਸੀਂ ਇਸ ਐਕਸਰਸਾਈਜ਼ ਨੂੰ ਘਰ ਵਿੱਚ ਹੀ ਪ੍ਰੈਕਟਿਸ ਕਰ ਸਕਦੇ ਹੋ। ਇਸ ਐਕਸਰਸਾਈਜ਼ ਨੂੰ ਕਰਨ ਲੱਗੇ ਕੁਝ ਗੱਲਾਂ ਦਾ ਧਿਆਨ ਰੱਖੋ ਕਿ ਤੁਹਾਡੇ ਆਸ ਪਾਸ ਬਿਲਕੁਲ ਸ਼ਾਂਤੀ ਹੋਣੀ ਚਾਹੀਦੀ ਹੈ। ਇਕੱਲਿਆਂ ਬੈਠ ਕੇ ਇਹ ਐਕਸਰਸਾਈਜ਼ ਨੂੰ ਕਰੋ। 15 ਤੋਂ 20 ਮਿੰਟ ਲਈ ਤੁਹਾਡੇ ਆਸ ਪਾਸ ਸ਼ਾਂਤੀ ਵਾਲਾ ਸਮਾਂ ਲੱਭੋ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਣ ਤੋਂ ਬਾਅਦ ਇਸ ਐਕਸਰਸਾਈਜ਼ ਨੂੰ ਕਰਨ ਦਾ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਤੇ ਆਓ ਆਪਾਂ ਇਸ ਐਕਸਰਸਾਈਜ਼ ਦੀ ਪ੍ਰੈਕਟਿਸ ਕਰਦੇ ਹਾਂ। ਇਸ ਐਕਸਰਸਾਈਜ਼ ਨੂੰ ਆਪਣੇ ਕੁਰਸੀ ਜਾਂ ਸੋਫੇ ਤੇ ਬੈਠ ਕੇ ਕਰਨਾ ਹੈ। ਉਹ ਐਕਸਰਸਾਈਜ਼ ਲਈ ਜੋ ਤੁਸੀਂ ਕੁਰਸੀ ਜਾਂ ਸੋਫਾ ਚੁਣਿਆ ਹੈ ਉਹ ਬਹੁਤ ਹੀ ਆਰਾਮਦਾਇਕ ਹੋਣਾ ਚਾਹੀਦਾ ਹੈ। ਆਪਣੀ ਪਿੱਠ ਨੂੰ ਕੁਰਸੀ ਦੇ ਨਾਲ ਟਿਕਾ ਲਓ, ਆਪਣਾ ਸਿਰ ਵੀ ਕੁਰਸੀ ਉੱਪਰ ਟਿਕਾ ਲਓ। ਤੁਸੀਂ ਇਸ ਵੇਲੇ ਸਿਰਹਾਣੇ ਦਾ ਵੀ ਯੂਜ ਕਰ ਸਕਦੇ ਹੋ। ਆਪਣੀਆਂ ਬਾਹਾਂ ਨੂੰ ਕੁਰਸੀ ਦੇ ਹੈਂਡਲ ਤੇ ਰੱਖੋ। ਤੁਹਾਡੇ ਹੱਥ ਖੁੱਲੇ ਹੋਣੇ ਚਾਹੀਦੇ ਹਨ, ਹੱਥਾਂ ਦੇ ਤਲਵੇ ਉੱਪਰ ਵੱਲ ਨੂੰ ਹੋਣੇ ਚਾਹੀਦੇ ਹਨ, ਤੁਹਾਡੇ ਪੈਰ ਜ਼ਮੀਨ ਉੱਪਰ ਟਿਕੇ ਹੋਣੇ ਚਾਹੀਦੇ ਹਨ। ਆਪਣੇ ਪੂਰੇ ਸਰੀਰ ਨੂੰ ਢਿੱਲਾ ਰੱਖੋ ਅਤੇ ਪੂਰਾ ਭਾਰ ਜ਼ਮੀਨ ਉੱਪਰ ਦੇ ਦਿਓ। ਆਪਣੀਆਂ ਅੱਖਾਂ ਨੂੰ ਹੌਲੀ ਹੌਲੀ ਬੰਦ ਕਰੋ। ਹੁਣ ਲੰਬੇ ਗਹਿਰੇ ਤੇ ਹੌਲੀ ਹੌਲੀ ਸਾਹ ਲੈਣ ਦਾ ਅਭਿਆਸ ਕਰੋ। ਸਾਹ ਲੈਣ ਦੀ ਪ੍ਰਕਿਰਿਆ ਇਸ ਐਕਸਰਸਾਈਜ਼ ਵਿੱਚ ਬਹੁਤ ਅਹਿਮ ਹੈ। ਇਸ ਨੂੰ ਆਪਾਂ ਡੀਪ ਬ੍ਰੀਦਿੰਗ ਵੀ ਕਹਿੰਦੇ ਹਾਂ। ਯੋਗਾ ਤੇ ਪ੍ਰਾਣਾਯਾਮ ਵਿੱਚ ਵੀ ਇਸ ਐਕਸਰਸਾਈਜ਼ ਦਾ ਉਪਯੋਗ ਕੀਤਾ ਜਾਂਦਾ ਹੈ। ਇਸ ਦੇ ਵਿੱਚ ਸਾਹ ਪੇਟ ਰਾਹੀਂ ਤੇ ਬਹੁਤ ਲੰਬਾ ਸਾਹ ਲੈਣਾ ਚਾਹੀਦਾ ਹੈ। ਹੌਲੀ ਹੌਲੀ ਲੰਬੇ ਲੰਬੇ ਤੇ ਗਹਿਰੇ ਗਹਿਰੇ ਸਾਹ ਲੈਣ ਦਾ ਅਭਿਆਸ ਕਰੋ। ਸਾਹ ਬਹੁਤ ਹੌਲੀ ਹੌਲੀ ਲੈਣਾ ਹੈ। ਸਿੱਖਣ ਦੇ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਗਿਣਤੀ ਵੀ ਕਰ ਸਕਦੇ ਹੋ। ਸਾਹ ਲੰਬਾ ਲੈਣਾ ਚਾਹੀਦਾ ਹੈ ਤੇ ਪੇਟ ਤੱਕ ਜਾਣਾ ਚਾਹੀਦਾ ਹੈ। ਮਹਿਸੂਸ ਕਰੋ ਕਿ ਸਾਹ ਅੰਦਰ ਬਾਹਰ ਜਾਣ ਵੇਲੇ ਚਿੰਤਾ ਵੀ ਤੁਹਾਡੇ ਸਰੀਰ ਵਿੱਚੋਂ ਬਾਹਰ ਜਾ ਰਹੀ ਹੈ। ਗਹਿਰੇ ਗਹਿਰੇ ਸਾਹ ਲੈਣਾ ਸ਼ੁਰੂ ਕਰੋ। ਆਪਣੇ ਮਨ ਦੇ ਵਿੱਚ ਕਿਸੇ ਅਜਿਹੇ ਸ਼ਬਦ ਨੂੰ ਚੁਣੋ ਜਿਸ ਨੂੰ ਤੁਸੀਂ ਦੁਹਰਾ ਸਕਦੇ ਹੋ, ਜਿਸ ਨਾਲ ਤੁਹਾਨੂੰ ਸਕੂਨ ਮਿਲ ਰਿਹਾ ਹੋਵੇ, ਜਿਵੇਂ ਕਿ ਆਰਾਮ,
ਸ਼ਾਂਤੀ, ਕੋਈ ਚਿੰਤਾ ਨਹੀਂ, ਕੋਈ ਟੈਨਸ਼ਨ ਨਹੀਂ, ਬਹੁਤ ਆਰਾਮ। ਆਪਣਾ ਪੂਰਾ ਧਿਆਨ ਇਸ ਐਕਸਰਸਾਈਜ਼ ਉੱਪਰ ਹੀ ਰੱਖੋ। ਆਪਣੇ ਪੂਰੇ ਸਰੀਰ ਨੂੰ ਢਿੱਲਾ ਛੱਡ ਦਿਓ। ਪੂਰਾ ਭਾਰ ਜ਼ਮੀਨ ਉੱਪਰ ਦੇ ਦਿਓ ਅਤੇ ਆਪਣੇ ਪੂਰੇ ਸਰੀਰ ਨੂੰ ਰਿਲੈਕਸ ਕਰੋ। ਆਪਣੇ ਸਰੀਰ ਉੱਪਰ ਧਿਆਨ ਦੇਣ ਦੀ ਕੋਸ਼ਿਸ਼ ਕਰੋ। ਆਪਣੇ ਅੰਗ ਅੰਗ ਨੂੰ ਢਿੱਲਾ ਰੱਖੋ। ਮਹਿਸੂਸ ਕਰੋ ਕਿ ਤੁਹਾਡੇ ਸਰੀਰ ਵਿੱਚੋਂ ਚਿੰਤਾ ਵੀ ਦੂਰ ਹੋ ਰਹੀ ਹੈ। ਲੰਬੇ ਗਹਿਰੇ ਤੇ ਹੌਲੀ ਹੌਲੀ ਸਾਹ ਲੈਣਾ ਸ਼ੁਰੂ ਕਰੋ। ਮਹਿਸੂਸ ਕਰੋ ਕਿ ਸਾਹ ਬਾਹਰ ਜਾਣ ਵੇਲੇ ਟੈਨਸ਼ਨ ਵੀ ਬਾਹਰ ਵੱਲੋਂ ਜਾ ਰਿਹਾ ਹੈ, ਜਿਵੇਂ ਨਲਕੇ ਵਿੱਚੋਂ ਪਾਣੀ ਬਾਹਰ ਵੱਲੋਂ ਬਹਿ ਰਿਹਾ ਹੋਵੇ। ਮਹਿਸੂਸ ਕਰੋ ਚਿੰਤਾ ਵੀ ਤੁਹਾਡੇ ਸਰੀਰ ਵਿੱਚੋਂ ਬਾਹਰ ਵੱਲ ਨੂੰ ਬਹਿ ਰਹੀ ਹੈ। ਤੁਸੀਂ ਹਲਕਾ ਮਹਿਸੂਸ ਕਰੋ। ਮਹਿਸੂਸ ਕਰੋ ਕਿ ਤੁਸੀਂ ਸ਼ਾਂਤ ਹੋ, ਤੁਹਾਨੂੰ ਸਕੂਨ ਹੈ, ਕੋਈ ਚਿੰਤਾ ਨਹੀਂ, ਕੋਈ ਦਰਦ ਨਹੀਂ, ਬਹੁਤ ਸਕੂਨ, ਬਹੁਤ ਆਰਾਮ। ਲੰਬੇ ਗਹਿਰੇ ਸਾਹ ਹੌਲੀ ਹੌਲੀ ਅੰਦਰ ਬਾਹਰ ਕਰਦੇ ਰਹੋ। ਥੋੜ੍ਹੀ ਦੇਰ ਇਸੇ ਤਰ੍ਹਾਂ ਸਾਹ ਲੈਂਦੇ ਰਹੋ। ਹਰ ਸਾਹ ਅੰਦਰ ਬਾਹਰ ਕਰਨ ਵੇਲੇ ਆਪਣੇ ਮਨ ਦੇ ਵਿੱਚ ਉਸ ਮੰਤਰ ਨੂੰ ਜਾਂ ਸ਼ਬਦ ਨੂੰ ਦੁਹਰਾਓ। ਕਿਸੇ ਹੋਰ ਕੰਮ ਬਾਰੇ ਬਿਲਕੁਲ ਵੀ ਨਾ ਸੋਚੋ। ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਚਿੰਤਾ ਦੀ ਗੱਲ ਆ ਵੀ ਰਹੀ ਹੈ ਤਾਂ ਉਸ ਗੱਲ ਨੂੰ ਨਜ਼ਰਅੰਦਾਜ਼ ਕਰੋ ਤੇ ਇੰਝ ਮਹਿਸੂਸ ਕਰੋ ਕਿ ਕੋਈ ਫਰਕ ਨਹੀਂ ਪੈਂਦਾ। ਆਪਣੇ ਮਨ ਦੇ ਵਿੱਚ ਉਸ ਸ਼ਬਦ ਨੂੰ ਬਾਰ ਬਾਰ ਦੁਹਰਾਓ ਤੇ ਗਹਿਰੇ ਗਹਿਰੇ ਸਾਹ ਹੌਲੀ ਹੌਲੀ ਲੈਂਦੇ ਰਹੋ। ਸਾਹ ਬਹੁਤ ਹੀ ਆਰਾਮ ਨਾਲ ਲੈਣਾ ਚਾਹੀਦਾ ਹੈ, ਬਿਲਕੁਲ ਜ਼ੋਰ ਨਹੀਂ ਲਗਾਉਣਾ। ਅਤੇ ਸਾਹ ਅੰਦਰ ਬਾਹਰ ਕਰਨ ਵੇਲੇ ਸਾਹ ਰੋਕਣਾ ਵੀ ਨਹੀਂ ਹੈ। ਸਾਹ ਨੂੰ ਤੁਸੀਂ ਜਦ ਆਰਾਮ ਨਾਲ ਛੱਡ ਰਹੇ ਹੋ ਤਾਂ ਨਾਲ ਨਾਲ ਅਜਿਹਾ ਸੋਚ ਰਹੇ ਹੋ ਕਿ ਚਿੰਤਾ ਵੀ ਬਾਹਰ ਵੱਲ ਨੂੰ ਜਾ ਰਹੀ ਹੈ। ਇਸ ਗੱਲ ਨੂੰ ਮਹਿਸੂਸ ਕਰੋ। ਤੁਸੀਂ ਸੋਚ ਸਕਦੇ ਹੋ ਕਿ ਸਾਹ ਦੇ ਬਾਹਰ ਜਾਣ ਨਾਲ ਚਿੰਤਾ ਵੀ ਬਾਹਰ ਵੱਲ ਨੂੰ ਜਾ ਰਹੀ ਹੈ। ਇਸ ਐਕਸਰਸਾਈਜ਼ ਦੇ ਦੋ ਭਾਗ ਹਨ। ਪਹਿਲੇ ਭਾਗ ਵਿੱਚ ਤੁਸੀਂ 7 ਜਾਂ 8 ਕਦਮ ਅਨੁਸਾਰ ਆਪਣੇ ਸਰੀਰ ਨੂੰ ਰਿਲੈਕਸ ਕਰਦੇ ਰਹੇ ਹੋ। ਹੌਲੀ ਹੌਲੀ ਤੁਹਾਡਾ ਸਰੀਰ ਰਿਲੈਕਸ ਹੋ ਰਿਹਾ ਹੈ, ਇਸ ਗੱਲ ਨੂੰ ਮਹਿਸੂਸ ਕਰੋ। ਆਪਣੀ ਰਿਲੈਕਸੇਸ਼ਨ ਵਾਲੀ ਸਥਿਤੀ ਉੱਪਰ ਧਿਆਨ ਕੇਂਦਰਿਤ ਕਰੋ। ਮਹਿਸੂਸ ਕਰੋ ਕਿ ਇਹ ਸਥਿਤੀ ਘਬਰਾਹਟ ਵਾਲੀ ਸਥਿਤੀ ਨਾਲੋਂ ਕਿਵੇਂ ਅਲੱਗ ਹੈ, ਇਸ ਗੱਲ ਉੱਪਰ ਧਿਆਨ ਦੇਣ ਦੀ ਕੋਸ਼ਿਸ਼ ਕਰੋ ਕਿ ਰਿਲੈਕਸੇਸ਼ਨ ਵਾਲੀ ਸਥਿਤੀ ਘਬਰਾਹਟ ਵਾਲੀ ਸਥਿਤੀ ਨਾਲੋਂ ਕਿਵੇਂ ਅਲੱਗ ਹੈ। ਆਪਣੇ ਮਨ ਦੇ ਵਿੱਚ ਉਸ ਸ਼ਬਦ ਨੂੰ ਬਾਰ ਬਾਰ ਦੁਹਰਾਓ। ਮਹਿਸੂਸ ਕਰੋ ਕਿ ਤੁਹਾਨੂੰ ਕਿੰਨਾ ਸਕੂਨ ਮਿਲ ਰਿਹਾ ਹੈ। ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਚਿੰਤਾ ਦੀ ਗੱਲ ਆਉਂਦੀ ਵੀ ਹੈ ਤਾਂ ਉਸ ਉੱਪਰ ਬਿਲਕੁਲ ਧਿਆਨ ਨਾ ਦਿਓ।
ਕਿਸੇ ਹੋਰ ਕੰਮ ਬਾਰੇ ਜਾਂ ਕਿਸੇ ਹੋਰ ਗੱਲ ਬਾਰੇ ਬਿਲਕੁਲ ਵੀ ਨਾ ਸੋਚੋ। ਇਸ ਵੇਲੇ ਸਿਰਫ ਇਸ ਐਕਸਰਸਾਈਜ਼ ਉੱਪਰ ਆਪਣਾ ਧਿਆਨ ਕੇਂਦਰਿਤ ਰੱਖੋ ਅਤੇ ਲੰਬੇ ਗਹਿਰੇ ਸਾਹ ਹੌਲੀ ਹੌਲੀ ਲੈਂਦੇ ਰਹੋ। ਮਹਿਸੂਸ ਕਰੋ ਕਿ ਤੁਹਾਨੂੰ ਕਿੰਨਾ ਸਕੂਨ ਮਿਲ ਰਿਹਾ ਹੈ। ਜਿਹੜਾ ਵੀ ਮੰਤਰ ਜਾਂ ਸ਼ਬਦ ਤੁਸੀਂ ਚੁਣ ਰਹੇ ਹੋ ਜਾਂ ਤੁਸੀਂ ਚੁਣ ਚੁੱਕੇ ਹੋ ਉਹ ਪੂਰੀ ਤਰ੍ਹਾਂ ਤੁਹਾਡੇ ਉੱਪਰ ਹੀ ਨਿਰਭਰ ਕਰਦਾ ਹੈ। ਤੁਸੀਂ ਜਿਸ ਵੀ ਰੱਬ ਉੱਪਰ ਵਿਸ਼ਵਾਸ ਕਰਦੇ ਹੋ ਜਾਂ ਜਿਸ ਵੀ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਹੋ ਉਸਦਾ ਨਾਮ ਵੀ ਲੈ ਸਕਦੇ ਹੋ ਜਾਂ ਕਿਸੇ ਪ੍ਰਾਰਥਨਾ ਦੀ ਲਾਈਨ ਨੂੰ ਦੁਹਰਾ ਸਕਦੇ ਹੋ ਜਾਂ ਕਿਸੇ ਅਜਿਹੇ ਸ਼ਬਦ ਨੂੰ ਦੁਹਰਾ ਸਕਦੇ ਹੋ ਜਿਸ ਨਾਲ ਤੁਸੀਂ ਸ਼ਾਂਤੀ ਮਹਿਸੂਸ ਕਰ ਸਕੋ, ਜਿਸ ਨਾਲ ਤੁਹਾਨੂੰ ਸਕੂਨ ਮਹਿਸੂਸ ਹੋਵੇ। ਆਪਣੇ ਮਨ ਦੇ ਵਿੱਚ ਉਸ ਸ਼ਬਦ ਨੂੰ ਦੁਹਰਾਓ ਅਤੇ ਸਾਹ ਦੀ ਪ੍ਰਕਿਰਿਆ ਅੰਦਰ ਬਾਹਰ ਕਰਨ ਦੀ ਪ੍ਰਕਿਰਿਆ ਨੂੰ ਜਾਰੀ ਰੱਖੋ। ਜਦੋਂ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਤਾਂ ਮਨ ਦੇ ਵਿੱਚ ਕਿਸੇ ਹੋਰ ਗੱਲ ਨੂੰ ਨਾ ਲੈ ਕੇ ਆਓ। ਕੋਈ ਚਿੰਤਾ ਦੀ ਗੱਲ ਜੇ ਆਉਂਦੀ ਵੀ ਹੈ ਤਾਂ ਕੋਸ਼ਿਸ਼ ਕਰੋ ਕਿ ਉਸਨੂੰ ਨਜ਼ਰਅੰਦਾਜ਼ ਕਰ ਸਕੋ। ਮਹਿਸੂਸ ਕਰੋ ਕਿ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਟਾਈਮ, ਤੁਸੀਂ ਬਿਲਕੁਲ ਰਿਲੈਕਸ ਹੋ, ਕੋਈ ਚਿੰਤਾ ਨਹੀਂ, ਕੋਈ ਦਰਦ ਨਹੀਂ, ਬਹੁਤ ਆਰਾਮ, ਬਹੁਤ ਸਕੂਨ। ਸਾਹ ਅੰਦਰ ਬਾਹਰ ਹੌਲੀ ਹੌਲੀ ਕਰੋ, ਬਹੁਤ ਗਹਿਰੇ ਗਹਿਰੇ ਸਾਹ ਲੈਣ ਦਾ ਅਭਿਆਸ ਜਾਰੀ ਰੱਖੋ। ਆਪਣੇ ਮਨ ਦੇ ਵਿੱਚ ਉਸ ਸ਼ਬਦ ਨੂੰ ਬਾਰ ਬਾਰ ਦੁਹਰਾਓ ਤੇ ਆਪਣਾ ਪੂਰਾ ਧਿਆਨ ਇਸ ਐਕਸਰਸਾਈਜ਼ ਵੱਲ ਹੀ ਰੱਖੋ। ਐਕਸਰਸਾਈਜ਼ ਕਰਨ ਵੇਲੇ ਬਿਲਕੁਲ ਵੀ ਨਾ ਸੋਚੋ ਕਿ ਤੁਸੀਂ ਗਲਤ ਤਰੀਕੇ ਨਾਲ ਕਰ ਰਹੇ ਹੋ ਜਾਂ ਕੋਈ ਵੀ ਹੋਰ ਚਿੰਤਾ ਦੀ ਗੱਲ ਨੂੰ ਆਪਣੇ ਮਨ ਵਿੱਚ ਨਾ ਲੈ ਕੇ ਆਓ। ਗਹਿਰੇ ਗਹਿਰੇ ਸਾਹ ਲੈਣਾ ਸ਼ੁਰੂ ਕਰੋ। ਮਹਿਸੂਸ ਕਰੋ ਕਿ ਤੁਹਾਨੂੰ ਕਿੰਨਾ ਸਕੂਨ ਹੈ, ਤੁਸੀਂ ਕਿੰਨੇ ਸ਼ਾਂਤ ਹੋ, ਰਿਲੈਕਸ ਹੋ ਤੇ ਰਿਲੈਕਸੇਸ਼ਨ ਵਾਲੀ ਸਥਿਤੀ ਘਬਰਾਹਟ ਵਾਲੀ ਸਥਿਤੀ ਨਾਲੋਂ ਕਿਵੇਂ ਵੱਖ ਹੈ। ਦੋਹਾਂ ਪ੍ਰਸਥਿਤੀਆਂ ਦੇ ਵਿੱਚ ਅੰਤਰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ। ਮਹਿਸੂਸ ਕਰੋ ਕਿ ਕਿੰਨਾ ਆਰਾਮ ਹੈ, ਕਿੰਨਾ ਸਕੂਨ ਹੈ। ਇਸ ਸਮੇਂ ਤੁਸੀਂ ਆਪਣੀ ਜ਼ਿੰਦਗੀ ਦੀਆਂ ਕੋਈ ਵਧੀਆ ਯਾਦਾਂ ਬਾਰੇ ਵੀ ਸੋਚ ਸਕਦੇ ਹੋ ਜਿਸ ਨਾਲ ਤੁਹਾਨੂੰ ਸਕੂਨ ਮਿਲ ਰਿਹਾ ਹੋਵੇ, ਜਾਂ ਉਸ ਸ਼ਬਦ ਨੂੰ ਬਾਰ ਬਾਰ ਵੀ ਦੁਹਰਾ ਸਕਦੇ ਹੋ ਜਿਸ ਦਾ ਚੁਣਾਵ ਤੁਸੀਂ ਕਰਿਆ ਹੈ। ਤੇ ਨਾਲ ਨਾਲ ਹੌਲੀ ਹੌਲੀ ਸਾਹ ਲੈਂਦੇ ਰਹੋ। ਮਹਿਸੂਸ ਕਰੋ ਕਿ ਹੁਣ ਤੁਸੀਂ ਰਿਲੈਕਸ ਹੋ ਚੁੱਕੇ ਹੋ, ਤੁਸੀਂ ਸ਼ਾਂਤ ਹੋ, ਕੋਈ ਚਿੰਤਾ ਨਹੀਂ, ਕੋਈ ਦਰਦ ਨਹੀਂ, ਤੁਸੀਂ ਬਹੁਤ ਹਲਕਾ ਮਹਿਸੂਸ ਕਰ ਰਹੇ ਹੋ, ਤੁਹਾਨੂੰ ਬਹੁਤ ਸਕੂਨ ਹੈ, ਸ਼ਾਂਤੀ ਹੈ, ਆਰਾਮ ਹੈ।
ਮਹਿਸੂਸ ਕਰੋ ਕਿ ਕਿੰਨਾ ਸਕੂਨ ਹੈ। ਕਿਸੇ ਗੱਲ ਦੀ ਕੋਈ ਚਿੰਤਾ ਜਾਂ ਕੋਈ ਤਣਾਅ ਬਿਲਕੁਲ ਵੀ ਨਹੀਂ। ਮਹਿਸੂਸ ਕਰੋ ਕਿ ਹੁਣ ਤੁਸੀਂ ਰਿਲੈਕਸ ਹੋ ਚੁੱਕੇ ਹੋ, ਬਿਲਕੁਲ ਸ਼ਾਂਤ ਹੋ ਤੇ ਹੁਣ ਆਪਣੀਆਂ ਅੱਖਾਂ ਨੂੰ ਹੌਲੀ ਹੌਲੀ ਆਰਾਮ ਨਾਲ ਖੋਲੋ।